ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਕਿਤਾਬ ਨਹੀਂ ਪੜ੍ਹਦੇ ਪਰ ਕਿਤਾਬ ਸਾਨੂੰ ਪੜ੍ਹਨਾ ਸ਼ੁਰੂ ਕਰ ਦਿੰਦੀ ਹੈ ਤੇ ਇਹ ਤਾਂ ਤਾਲਮੇਲ ਤਦੇ ਹੋ ਸਕਦਾ ਜੇ ਸਾਡੇ ਹੱਥ 'ਚ ਕਿਤਾਬ ਹੋਏਗੀ ਸਾਡੇ ਘਰ ਦੇ ਵਿੱਚ ਕਿਤਾਬ ਤੇ ਸਾਡੀ ਇਹੀ ਰਿਕੁਐਸਟ ਹੁੰਦੀ ਹੈ ਕਿ ਆ ਕੇ ਇੱਥੇ ਦੇਖੋ ਬਾਕੀ ਮੈਂ ਆਸਾਨ ਨਹੀਂ ਕਰ ਰਿਹਾ ਮੈਂ ਆਪਣੇ ਆਪ 'ਤੇ ਆਸਾਨ ਕਰ ਰਿਹਾ ਮੇਰੀ ਲੋੜ ਹੈ ਮੇਰੀ ਮਾਨਸਿਕ ਲੋੜ ਹੈ ਉਹਦੇ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਦੋਵਾਂ ਨੂੰ ਨਾਲ ਜੋੜੀਏ ਕਿੰਨੇ ਕੁ ਜੋੜ ਸਕਦੇ ਦੱਸਾਂ ਤੁਸੀਂ ਉਹ ਦੌਰ ਕਿੱਦਾਂ ਦਾ ਦੌਰ ਜਿਸ ਵਿੱਚ ਉਦਾਸੀਆਂ ਹੀ ਉਦਾਸੀਆਂ ਸਨ ਉਹ ਦੌਰ ਕਿੱਦਾਂ ਦਾ ਦੌਰ ਜਿਸ ਵਿੱਚ ਉਦਾਸੀਆਂ ਹੀ ਉਦਾਸੀਆਂ ਸਨ ਕਿਹਾ ਉਦਾਸੀ 'ਚ ਬਾਬਿਆਂ ਨੇ ਸਹੂਲਤਾਂ ਤੋਂ ਰਬਾਬ ਬਿਹਤਰ ਕਿਹਾ ਉਦਾਸੀ 'ਚ ਬਾਬਿਆਂ ਨੇ ਸਹੂਲਤਾਂ ਤੋਂ ਰਬਾਬ ਬਿਹਤਰ ਦੋਸਤੋ ਤੁਸੀਂ ਦੇਖ ਰਹੇ ਹੋ ਇੰਡੋ ਕੈਨੇਡਾ ਪੰਜਾਬੀ ਟੀ ਵੀ ਚੈਨਲ ਮੈਂ ਨਵਦੀਪ ਗਿੱਲ ਅੱਜ ਅਸੀਂ ਇੱਕ ਅਜਿਹੀ ਜਗ੍ਹਾ 'ਤੇ ਪਹੁੰਚੇ ਹਾਂ ਕਿ ਜਿੱਥੇ ਹਰ ਪੰਜਾਬੀ ਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜੇ ਉਹਨਾਂ ਨੇ ਸਹੀ ਰਾਹ 'ਤੇ ਤੋਰਨਾ ਤਾਂ ਇੱਥੇ ਵਿਜ਼ਿਟ ਕਰਨਾ ਚਾਹੀਦਾ ਇਹ ਜਗ੍ਹਾ ਸਰੀ ਦੇ ਵਿੱਚ ਹੈ ਬਹੁਤ ਵੱਡਾ ਕਾਜ ਹੈ ਇਹ ਕੋਈ ਇੱਥੇ ਪੋਲੀਟੀਕਲ ਰੈਲੀ ਨਹੀਂ ਜਾਂ ਕਿਸੇ ਵੱਡੇ ਗਾਉਣ ਵਾਲੇ ਦਾ ਗਾਉਣ ਨਹੀਂ ਇਹ ਪਰ ਇੱਕ ਅਜਿਹੀ ਸੇਧ ਮਿਲਣੀ ਹੈ ਇੱਥੇ ਆ ਕੇ ਤੁਹਾਨੂੰ ਕਿ ਜ਼ਿੰਦਗੀ ਬਦਲ ਦੇਣ ਵਾਲੀ ਸੇਧ ਹੈ ਮੇਰੇ ਕਹਿਣ ਤੋਂ ਭਾਵ ਇੱਥੇ ਇੱਕ ਕਿਤਾਬਾਂ ਦਾ ਜਿਹੜਾ ਸਟਾਲ ਹੈ ਐਗਜੀਬਿਸ਼ਨ ਹੈ ਜੋ ਕਿ ਬਹੁਤ ਵੱਡਾ ਕਾਜ ਹੈ ਪਹਿਲਾਂ ਇਹ ਟੈਂਪਰੇਰੀ ਲਾਇਆ ਜਾਂਦਾ ਸੀਗਾ ਚੇਤਨਾ ਪ੍ਰਕਾਸ਼ਨ ਵੱਲੋਂ ਸਤੀਸ਼ ਗੁਲਾਟੀ ਹੋਣਾ ਵੱਲੋਂ ਪਰ ਹੁਣ ਉਹਨਾਂ ਨੇ ਇਹ ਕਾਜ ਪੱਕੇ ਤੌਰ 'ਤੇ ਸਰੀ ਦੇ ਵਿੱਚ ਇੱਥੇ ਰੱਖ ਲਿਆ ਹੈਗਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂਗੇ ਕਿ ਕੀ ਇਸ ਦੇ ਵਿੱਚ ਕਿਤਾਬਾਂ ਕਿਹੋ ਜਿਹੀਆਂ ਉਹਨਾਂ ਨੇ ਰੱਖੀਆਂ ਹੋਈਆਂ ਕਿਹੋ ਜਿਹੇ ਪਾਠ ਉਹਨਾਂ ਕੋਲ ਆਉਂਦੇ ਹੈ ਤਾਂ ਉਹਨਾਂ ਤੋਂ ਆਪਾਂ ਜਾਣਕਾਰੀ ਲੈਂਦੇ ਹਾਂ ਗੁਹਾਟੀ ਸਾਹਿਬ ਸਭ ਤੋਂ ਪਹਿਲਾਂ ਇੰਡੋ ਕੈਨੇਡਾ ਟੀ ਵੀ ਚੈਨਲ 'ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਰਵੀਰ ਜੀ ਤੁਹਾਡਾ ਇੰਡੋ ਕੈਨੇਡਾ ਟੀ ਵੀ ਚੈਨਲ ਦਾ ਔਰ ਉਹਦੇ ਸਾਰੇ ਲਿਸਨਰ ਦਾ ਜਿਹੜੇ ਇਸ ਨੂੰ ਸੁਣਦੇ ਨੇ ਜਿਹੜੇ ਇਸ ਨੂੰ ਮਾਣਦੇ ਨੇ ਔਰ ਉਹ ਪੰਜਾਬੀ ਨੂੰ ਪਿਆਰ ਕਰਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਹਾਟੀ ਸਾਹਿਬ ਤੁਸੀਂ ਬਹੁਤ ਲੰਬੇ ਸਮੇਂ ਤੋਂ ਇਸ ਬਿਜ਼ਨਸ ਦੇ ਵਿੱਚ ਹੋ ਪਹਿਲਾਂ ਤਾਂ ਇਹ ਦੱਸੋ ਇਹ ਬਿਜ਼ਨਸ ਤੁਸੀਂ ਲਾਹੇਵੰਦ ਚੁੱਲ੍ਹਾ ਚਲਾਉਣ ਵਾਲਾ ਬਿਜ਼ਨਸ ਹੈ ਜਾਂ ਤੁਸੀਂ ਸ਼ੌਕੀ ਹੈ ਇਹ ਸ਼ੌਕੀ ਹੈ ਜੀ ਬਿਜ਼ਨਸ ਵੀ ਹੈ ਜੇ ਬਿਜ਼ਨਸ ਹੁੰਦਾ ਤਾਂ ਸਰੀ ਦੇ ਵਿੱਚ ਬਹੁਤ ਸਾਰੇ ਪਲਾਜ਼ਿਆਂ ਦੇ ਵਿੱਚ ਬੁੱਕ ਸਟੋਰ ਖੁੱਲ੍ਹ ਜਾਣੇ ਸੀਗੇ ਜੀ ਅਤੇ ਕਿਸੇ ਨੇ ਵੀ ਇਹ ਹਿੰਮਤ ਨਹੀਂ ਕੀਤੀ ਕਿਉਂਕਿ ਇਹ ਘਾਟਿਆਂ ਦਾ ਸੌਦਾ ਇਹ ਬਿਜ਼ਨਸ ਵੀ ਹੈ ਇਹ ਸ਼ੌਕ ਹੈ ਆਨੰਦ ਦੀ ਅਵਸਥਾ ਹੈ ਇਹਦੇ ਵਿੱਚ ਜਿਹੜਾ ਕਿਤਾਬਾਂ ਦੀ ਜਿਹੜੀ ਰੂਹ ਦੀ ਖੁਰਾਕ ਹੁੰਦੀ ਹੈ ਕਿਤਾਬ ਇਹ ਕਿਤਾਬ 'ਚੋਂ ਚੰਗੇਰੀ ਅਤੇ ਖੁਸ਼ਹਾਲ ਜ਼ਿੰਦਗੀ ਜਿਹੜਾ ਰਸਤਾ ਉਹ ਕਿਤਾਬ 'ਚੋਂ ਹੋ ਕੇ ਲੰਘਦਾ ਅਤੇ ਜਿਹਦੀਆਂ ਕਿਤਾਬਾਂ ਦੋਸਤ ਬਣ ਜਾਂਦੀਆਂ ਨੇ ਉਹਨੂੰ ਹੋਰ ਕੁਛ ਨਹੀਂ ਚਾਹੀਦਾ ਹੁੰਦਾ ਉਹ ਆਪਣੇ ਆਪ 'ਚ ਮਾਲਾਮਾਲ ਹੋ ਜਾਂਦਾ ਸੋ ਜਿਹੜਾ ਇੱਥੇ ਆਉਂਦਾ ਉਹ ਆ ਕੇ ਬੜਾ ਹੈਰਾਨ ਹੁੰਦਾ ਕਿ ਇੰਨੀਆਂ ਕਿਤਾਬਾਂ ਨੇ ਅਤੇ ਉਹਨਾਂ ਨੂੰ ਦੱਸੀ ਜਾਏ ਕਿਤਾਬਾਂ ਇਹ ਤੁਹਾਡੇ ਘਰ ਦੇ ਵਿੱਚ ਵੀ ਹੋਣੀਆਂ ਚਾਹੀਦੀਆਂ ਜੇ ਤੁਸੀਂ ਆਪਣੇ ਆਪ ਨਾਲ ਗੱਲ ਕਰਨੀ ਹੈ ਆਪਣੇ ਸੱਭਿਆਚਾਰ ਨੂੰ ਸਮਝਣਾ ਆਪਣੇ ਇਤਿਹਾਸ ਨੂੰ ਸਮਝਣਾ ਅਤੇ ਕਿਤਾਬ ਤੁਹਾਡੇ ਲਈ ਬਹੁਤ ਖੂਬਸੂਰਤ ਦੋਸਤ ਹੁੰਦੀ ਖੂਬਸੂਰਤ ਦੋਸਤ ਬਣ ਸਕਦੀ ਹੈ ਜੇ ਤੁਸੀਂ ਕਿਤਾਬਾਂ ਦੇ ਨਾਲ ਦੋਸਤੀ ਪਾਓਗੇ ਸੋ ਇਹ ਬਿਜ਼ਨਸ ਨਹੀਂ ਹੈ ਇਹਦੇ ਤਾਂ ਆਨੰਦ ਦੀ ਅਵਸਥਾ ਹੈ ਆਨੰਦ ਕਿਵੇਂ ਪ੍ਰਾਪਤ ਕਰਨਾ ਇਹ ਤੁਹਾਡੇ ਤੇ ਪਰ ਤੁਸੀਂ ਪਹਿਲਾਂ ਇੱਥੇ ਕੁਛ ਕੁ ਮਹੀਨੇ ਦੋ ਮਹੀਨੇ ਲਈ ਲਾਉਂਦੇ ਸੀਗੇ ਅੱਜ ਕੱਲ੍ਹ ਪਰ ਹੁਣ ਪੱਕੇ ਤੌਰ 'ਤੇ ਆ ਗਏ ਹਾਂਜੀ ਪਹਿਲਾਂ ਅਸੀਂ 3 ਕੁ ਮਹੀਨੇ ਇੱਥੇ ਲਾਉਂਦੇ ਹੁੰਦੇ ਸੀ ਇਸ ਤੋਂ ਇਲਾਵਾ ਕੈਲਗਰੀ ਐਡਮਿੰਟਨ ਔਰ ਟੋਰਾਂਟੋ ਲਾਉਂਦੇ ਸੀ ਅਮਰੀਕਾ ਲਾਉਂਦੇ ਸੀ ਹੁਣ ਕਿ ਲੋਕਾਂ ਦੀ ਬਹੁਤ ਡਿਮਾਂਡ ਸੀ ਕਿ ਇੱਥੇ ਕੰਟੀਨਿਊਟੀ ਦੇ ਵਿੱਚ ਹੋਵੇ ਲਗਾਤਾਰ ਕਿਤਾਬਾਂ ਦੀ ਲੋੜ ਪੈਂਦੀ ਹੈ ਅਤੇ ਮਿਲਦਾ ਨਹੀਂ ਸਾਡੇ ਲਈ ਵੀ ਇੰਨਾ ਵੱਡਾ ਇਹਨੂੰ ਸਮੇਟਣਾ ਵੀ ਬੜਾ ਮੁਸ਼ਕਲ ਹੁੰਦਾ ਹਰ 2-3 ਮਹੀਨੇ ਬਾਅਦ ਫਿਰ ਜਗ੍ਹਾ ਲੱਭਣੀ ਕਰਨਾ ਕਿਉਂਕਿ ਕਿਸੇ ਵੇਲੇ ਸਾਡਾ 100 ਟਾਈਟਲ ਹੁੰਦਾ ਸੀ 5000 ਟਾਈਟਲ ਹੈ ਜੀ 5000 ਟਾਈਟਲ ਦੇ ਨਾਲ 5000 ਹੋਰ ਪ੍ਰਕਾਸ਼ਕਾਂ ਦੀਆਂ ਕਿਤਾਬਾਂ ਵੀ ਨੇ ਕਰੀਬ ਕੁੱਲ ਮਿਲਾ ਕੇ 10000 ਟਾਈਟਲ ਹੈ ਇੱਥੇ ਇਹਨੂੰ ਸਾਰਿਆਂ ਨੂੰ ਸਮੇਟਣਾ ਬੜਾ ਔਖਾ ਜੀ 2-3 ਮਹੀਨੇ ਬਾਅਦ ਰੱਖ ਦਈਏ ਫਿਰ ਕਿਤੇ ਲਿਆਈਏ ਫਿਰ ਜਗ੍ਹਾ ਲੱਭੀਏ ਉਹ ਬਹੁਤਾ ਔਖਾ ਕੰਮ ਸੀ ਸੋ ਅਸੀਂ ਇੱਕ ਲੀਜ਼ 'ਤੇ ਲੈ ਕੇ ਯੂਨਿਟ ਅਤੇ ਪਿਛਲੇ ਅਕਤੂਬਰ ਤੋਂ ਕੰਟੀਨਿਊ ਕਰਤਾ ਅੱਜ 8-9 ਮਹੀਨੇ ਹੋ ਗਏ ਆ ਲਗਾਤਾਰ ਚੱਲ ਰਿਹਾ 7-8 ਮਹੀਨੇ ਤੋਂ ਉਮੀਦ ਹੈ ਲਗਾਤਾਰ ਇਹ ਚੱਲਦਾ ਕਿਹੋ ਜਿਹੇ ਕਿਸਮ ਦੀਆਂ ਤੁਹਾਡੇ ਕੋਲ ਕਿਤਾਬਾਂ ਨੇ ਇੱਥੇ ਇਤਿਹਾਸ ਦੀਆਂ ਕਿਤਾਬਾਂ ਬਹੁਤ ਜ਼ਿਆਦਾ ਲੋਕ ਪੜ੍ਹਦੇ ਆ ਇਤਿਹਾਸ ਦੀਆਂ ਹੈ ਸਿੱਖ ਇਤਿਹਾਸ ਨਾਲ ਰਿਲੇਟਡ ਹੈ ਸੱਭਿਆਚਾਰ ਨਾਲ ਰਿਲੇਟਡ ਹੈ ਬਾਕੀ ਨਾਵਲ ਪੰਜਾਬੀ ਕਹਾਣੀ ਪੰਜਾਬੀ ਸਵੈ ਜੀਵਨੀਆਂ ਨਾਟਕ ਕਵਿਤਾ ਹਰ ਤਰ੍ਹਾਂ ਦੀ ਹਰ ਵੰਨਗੀ ਦੀ ਕਿਹੜੀ ਕਿਹੜੀ ਭਾਸ਼ਾ ਦੇ ਵਿੱਚ ਤੁਸੀਂ ਰੱਖੀ ਅਸੀਂ ਜ਼ਿਆਦਾਤਰ ਪੰਜਾਬੀ ਰੱਖੀਆਂ ਨੇ 90% ਪੰਜਾਬੀ ਕਿਤਾਬਾਂ ਨੇ ਲੇਕਿਨ 10% ਸਾਡੇ ਕੋਲ ਹਿੰਦੀ ਵੀ ਨੇ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਜਿਹੜੀ ਬਾਕੀ ਡਿਮਾਂਡ ਕਰਦੇ ਆ ਕਿ ਜਿਹੜਾ ਪਾਠਕ ਮੰਗਦਾ ਹੈ ਕਿਤਾਬ ਤੇ ਅਸੀਂ ਕਹਿੰਦੇ ਅਗਰ ਨਹੀਂ ਆ ਤਾਂ ਵੀ ਕਰੋ ਥਰੂ ਕੋਰੀਅਰ ਮੰਗਵਾ ਕੇ ਦੇਈਏ ਅਤੇ ਉਹ ਲੈ ਕੇ ਜਾਓ
ज्यादा नावल पढ़ते नहीं, बहुता नावल पढ़िया जाता है जां वार्तक पढ़ी जाती है जां फिर स्वै जीवनियां मोटिवेशनल किताबां दी डिमांड ज्यादा है क्योंकि बहुत सारे डिप्रेशन दे विच गए ने कोविड दौरान लोग जी, ते उस करके मोटिवेशनल के अपने आप नाल किवें गलबात की जा सके या कॉन्फिडेंस किवें पैदा होवे, आत्मविश्वास किवें पैदा होवे, उस तरह दी किताबां बहुत पढ़ते हैं। बाकी स्वै जीवनियां दे विचों वी आत्मविश्वास पैदा हुंदा क्योंकि किसी वड्डे लेखक ने जे वड्डे परसनैलिटी ने अपनी जिंदगी की शुरुआत किवें कीती, स्ट्रगल किवें कीती, जद्दोजहद किवें कीती, उन्हें पढ़ के नवें लगता कि मैं भी इस तरह करा तो मैं भी कुछ खास बन सकता। गुलाटी साहब से देखो बड़िया वधिया गल्लां तुसीं दस रहे हो पर जिहड़ा जमाना है बड़ा डिजिटल हो गया, इसके बावजूद भी तुसीं आ एक कंडियाला पंध है जिहड़ा चुनिया होया हैगा, तो क्यों चुनिया है फिर कि तुसीं लोग घरां दे विच किताबां ही क्यों रखण जबकि एक मोबाइल दे विच अजकल बहुत कुछ आ जांदा है। हाँ जी, जदों असीं शुरू कीता सी उदों कंप्यूटर युग आ गया सी, इतों दो ढाई दहाके पहलां उदों भी सानूं बड़ा डराया गया सी मतलब किताब कौन पढ़ेगा, पर जदों सोशल मीडिया आ गया, डिजिटल युग आ गया, तो हर मोबाइल फोन दे विच भी तो इनफॉर्मेशन आउंदी ना किताब बारे, सारी की सारी किताब तो कोई नहीं पढ़ता उस जी, हाँ उतों इनफॉर्मेशन लैके जरूर साढ़े कोल पहुँचदा किताब। बाकी 5-10% लोग होंगे ने साहित्य पढ़ने वाले, तो हुण भी इत्थे आउंदे ने, सारे तो उम्मीद भी नहीं कर सकते कि सारे किताब ही पढ़न, किताब क्यों पढ़न, पर जिन्हों लगता कि मैं अपने आप नाल गल करनी है जां कोई जमाने नूं समझना जां ज्ञान हासिल करना है या दूर तक सोचना है तो फिर वो किताब पढ़ता है। तो साड़ी कोशिश भी उन्होंने आई है कि उन्होंने नवा साहित्य दिता जाए, नव की लिखा जा रहा है, सोशल लाइफ के किनिया तब्दीलियां आ रही ने, पूरे पोलिटिक्स के किनिया तब्दीलियां आ रही, समझने लिए किताब बहुत वही सहाई हो सकती। कैनेडा के लोगों को बहुत घट टाइम है क्योंकि आप अपने बिजनेस के उभे हुए हैं लोग, तो किहो जिहे लोग है जिहड़े तुहाडे कोले आ रहे ने, किस किस्म दे ने, किहड़े किते दे नाल ज्यादा जुड़े वी पढ़ रहे हो? मैं तुहानूं पहलां वी कहा कि 5-10% साहित पढ़ते होंगे ने जी, और जिहड़े लोग कहिंदे ने कि मेरे को समां नहीं है, ये तो एक वखरा बहाना होंदा, जे उन्हें पढ़ना होवे तो उहदे लई समय की कोई सीमा नहीं होंदी, फिर उस कोल समां ही समां है। हुण भी इत्थे ट्रैकिंग दे विच टैक्सी दे विच जिहड़े चलाउण वाले जिन्हां कोल 1-2 घंटे समां मिल जांदा है टाइम दे विच, उह किताब पढ़दे ने, तो मैं लगता है जो टैक्सी के 50% लोगों की टैक्सियों की किताबा पड़िया होंगे वो इतों लैके जाते हैं क्योंकि उन्होंने कोई समा मिल जाता, तो वेले समय में किस तरह सैटल करना यह भी अपने आप पर डिपेंड करना होंगे भी वो पढ़ना की चाहता, वो गेन की करना चाहता, ज अपने समाज में देना की चाहता, तो वो तद ही हो सकता जो कोई किताब होगी, तो इस करके लोग समा कट लेंगे। तो एक होर थोड़ा जहा हटना सवाल है, जे किसी नवे लेखक ने हाँ जी किताब अपनी तुहाडे कोल छपाउणी होवे तां उहदा तुसीं की पैमाना रखदे? ਉਹ ਇੱਕ ਵਾਰੀ ਮੈਟਰ ਦੇਵੇ ਸਾਨੂੰ ਦੇਖਦੇ ਹਾਂ, ਸਾਡਾ ਐਡੀਟੋਰੀਅਲ ਬੋਰਡ ਹੈਗਾ ਉਹ ਸਾਰਾ ਦੇਖਦਾ, ਉਹਨੂੰ ਜਾਂਚ ਪੜਤਾਲ ਕਰਕੇ ਫਿਰ ਉਹਨੂੰ ਦੱਸੀਦਾ ਕਿ ਨਵੇਂ ਨੂੰ ਜਾਂ ਉਹਨੂੰ ਕੋਸ਼ਿਸ਼ ਕਰੀਏ ਕਿ ਨਵਾਂ ਜਿਹੜਾ ਲੇਖਕ ਹੈ ਉਹ ਮੈਗਜ਼ੀਨਾਂ ਦੇ ਵਿੱਚ ਛਪੇ, ਅਖਬਾਰਾਂ 'ਚ ਛਪੇ, ਸੋਸ਼ਲ ਮੀਡੀਆ 'ਤੇ ਵੀ ਜਾਵੇ ਤਾਂ ਜੋ ਥੋੜ੍ਹਾ ਬਹੁਤਾ ਪਤਾ ਲੱਗੇ ਕਿ ਹੋਰ ਕੀ ਲਿਖਿਆ ਜਾ ਰਿਹਾ। ਬਾਕੀ ਇੱਕ ਵੱਧ ਤੋਂ ਵੱਧ ਪੜ੍ਹੇ ਕਿਉਂਕਿ ਜੇ ਕਵਿਤਾ ਲਿਖ ਰਿਹਾ ਜੀ ਉਹ ਕਵਿਤਾ ਦੇ 100 ਕਿਤਾਬਾਂ ਵੀ ਨਹੀਂ ਪੜ੍ਹੀਆਂ ਉਸਨੇ, ਅਤੇ ਉਹ ਕਵਿਤਾ ਬਾਰੇ ਉਹਦਾ ਪੈਮਾਨੇ ਬਾਰੇ ਆਪਾਂ ਕੀ ਗੱਲ ਕਰਾਂਗੇ, ਅਤੇ ਉਹਨੂੰ ਹੁੰਦਾ ਕੋਸ਼ਿਸ਼ ਤਾਂ ਇਹੀ ਕਰੀ ਜੇ ਉਹਨੂੰ ਰਿਕੁਐਸਟ ਕਰੀ ਕਿ ਵੱਧ ਤੋਂ ਵੱਧ ਪੜ੍ਹ, ਜਦੋਂ ਪੜ੍ਹੇਗਾ ਤਾਂ ਫਿਰ ਉਹਨੂੰ ਆਪਣਾ ਆਪਣੀ ਆਲੋਚਨਾ ਵੀ ਆਪ ਕਰਨੀ ਪਤਾ ਲੱਗ ਜਾਏਗਾ, ਆਪਣਾ ਨੈਲਸਿਸ ਆਪ ਕਰੂਗਾ, ਜਦੋਂ ਆਪ ਕਰਨਾ ਸ਼ੁਰੂ ਕਰ ਦੇਗਾ ਫਿਰ ਉਹਨੂੰ ਮੁਸ਼ਕਲ ਨਹੀਂ ਆਉਂਦੀ। ਜੇ ਕਿਸੇ ਵੀ ਪਾਠਕ ਨੇ ਜੇ ਮੰਨ ਲਓ ਸਰੀ ਦੇ ਨੇੜੇ ਤੇੜੇ ਕਿਸੇ ਨੇ ਕੋਰੀਅਰ ਮੰਗਵਾਉਣਾ ਹੋਵੇ ਜਾਂ ਉੱਥੇ ਵੀ ਤੁਸੀਂ ਪਹੁੰਚਦੀਆਂ ਕਰ ਦਿੰਦੇ ਹੋ? ਅਸੀਂ ਤਾਂ ਸਰੀ ਦੇ ਨੇੜੇ ਤੇੜੇ ਕੀ ਜੀ ਕੈਲਕਰੀ, ਐਡਮਿੰਟਨ, ਟੋਰਾਂਟੋ ਔਰ ਅਮੈਰੀਕਾ ਤੱਕ ਭੇਜਦੇ ਹਾਂ, ਜਦੋਂ ਕੋਈ ਫੋਨ ਆਉਂਦਾ, ਜਦੋਂ ਕੋਈ ਅਗਲਾ ਇਨਫੋਰਮੇਸ਼ਨ ਚਾਹੁੰਦਾ ਤਾਂ ਉਹਨੂੰ ਕੈਟਾਲੋਗ ਦੇਈਦਾ, ਉਹਨੂੰ ਪਿਕਚਰ ਭੇਜਦੇ, ਉਹ ਜਿੱਥੇ ਵੀ ਬੈਠਾ ਉਹਨੂੰ ਕਿਤਾਬਾਂ ਵਿਦਿਨ ਵੀਕ ਉਹਨੂੰ ਡਿਲੀਵਰ ਕੋਸ਼ਿਸ਼ ਕਰੀਦੀ ਉਹਨੂੰ ਪਹੁੰਚ ਜਾਣਾ। ਬਿਲਕੁਲ ਜੀ, ਤੁਸੀਂ ਦੋਸਤੋ ਦੇਖੋ ਕਿ ਕਿਤਾਬਾਂ ਇਹ ਤੁਹਾਡੇ ਘਰ ਦਾ ਸ਼ਿੰਗਾਰ ਨੇ, ਕਿ ਚੰਗੀ ਕਿਤਾਬ ਤੁਹਾਨੂੰ ਚੰਗਾ ਜੀਵਨ ਦਿੰਦੀ ਹੈ, ਇੱਥੇ ਮਾਂ ਬਾਪ ਤੁਹਾਨੂੰ ਵਧੀਆ ਬਣਾਉਣ ਦੇ ਵਿੱਚ ਇੱਕ ਰੋਲ ਅਦਾ ਕਰਦੇ ਹੋ, ਅਤੇ ਇੱਕ ਅਹਿਮ ਰੋਲ ਹੁੰਦਾ ਜਿਹੜਾ ਕਿਤਾਬ ਦਾ ਵੀ ਹੁੰਦਾ ਹੈਗਾ। ਗੁਲਾਟੀ ਸਾਹਿਬ ਨੇ ਇੱਕ ਇਹ ਜੇ ਆਪਾਂ ਕਹਿ ਦਈਏ 'ਚ ਕੋਈ ਅਥਕਥਨੀ ਨਹੀਂ ਹੋਵੇਗੀ ਕਿ ਪੰਜਾਬੀਆਂ ਦੇ ਉੱਪਰ ਇੱਕ ਅਹਿਸਾਨ ਕੀਤਾ ਹੈਗਾ। ਸਾਡੀ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਹੈ ਜਿਹੜੀ ਮੋਬਾਈਲਾਂ 'ਚ ਖੁੱਭ ਗਈ ਹੈ ਜਾਂ ਉਹ ਗਲਤ ਰਸਤੇ ਜਿਹੜੇ ਕਿ ਗਾਣਿਆਂ ਦੇ ਵਿੱਚ ਹਥਿਆਰ ਨਸ਼ਾ ਪ੍ਰਮੋਟ ਹੋ ਰਿਹਾ ਹੈਗਾ ਉੱਧਰ ਨੂੰ ਜਾ ਰਹੀ ਹੈਗੀ, ਸੋ ਸਾਨੂੰ ਵੀ ਪੰਜਾਬੀਆਂ ਤੋਂ ਇੱਕ ਫਰਜ਼ ਅਦਾ ਕਰਨਾ ਚਾਹੀਦਾ, ਇੱਥੇ ਆ ਕੇ ਸਾਨੂੰ ਵਿਜ਼ਿਟ ਕਰਨਾ ਚਾਹੀਦਾ, ਪੂਰੀਆਂ ਕਿਤਾਬਾਂ ਦੇਖੋ,
ਆਪਾਂ 100-200 ਡਾਲਰ ਕਈ ਵਾਰੀ ਆਪਾਂ ਹਫ਼ਤੇ 'ਚ ਇੱਧਰ ਉੱਧਰ ਵੈਸੇ ਹੀ ਲਾ ਦਿੰਦੇ ਹੈਗੇ। ਕਿਉਂ ਨਾ ਉਹ ਕਿਤਾਬਾਂ 'ਤੇ ਲਾਇਆ ਜਾਵੇ, ਸਾਡੇ ਘਰ ਦਾ ਸ਼ਿੰਗਾਰ ਬਣੀਆਂ। ਕਦੇ ਨਾ ਕਦੇ ਆਪਾਂ ਇੱਕ ਅੱਧਾ ਪੰਨਾ ਕਿਤਾਬ ਦਾ ਪੜ੍ਹਾਂਗੇ ਤਾਂ ਉਹ 'ਚੋਂ ਸਾਨੂੰ ਚੰਗੇ ਲਫ਼ਜ਼ ਵੀ ਮਿਲਣਗੇ, ਚੰਗੀ ਸਾਡੀ ਬੋਲ ਬਾਣੀ ਵੀ ਸੁਧਰੂਗੀ। ਉਹਦੇ ਵਿੱਚ ਸਾਡੀ ਆਉਣ ਵਾਲੀ ਪੀੜ੍ਹੀ ਆਪਾਂ ਨਹੀਂ ਪੜ੍ਹ ਸਕਾਂਗੇ, ਕਦੇ ਕੋਈ ਘਰੇ ਪਈ ਬੱਚਾ ਦੇਖਦਾ ਕਿਤਾਬ ਵੀ ਉਹਨੂੰ ਪੜ੍ਹ ਕੇ ਦੇਖ ਲਓ। ਪੰਜਾਬੀ ਪੰਜਾਬੀ ਤੋਂ ਸਾਡੇ ਬੱਚੇ ਕੋਰੇ ਹੁੰਦੇ ਜਾ ਰਹੇ ਨੇ। ਪੰਜਾਬੀ ਦੀਆਂ ਕਿਤਾਬਾਂ ਲੈ ਜਾ ਕੇ ਰੱਖੋ, ਕਿਤਾਬ ਸਾਡੇ ਕੋਲ ਹੋਏਗੀ ਤਾਂ ਸਾਨੂੰ ਜਿਉਣ ਦਾ ਸਲੀਕਾ ਪਤਾ ਲੱਗਦਾ ਕਿ ਅਸੀਂ ਕਿਸੇ ਨਾਲ ਗੱਲ ਕਰਨੀ ਹੈ ਅਤੇ ਗੱਲ ਕਿਵੇਂ ਕਰ ਸਕਦੇ। ਗੱਲਾਂ ਵਾਸਤੇ ਸਾਨੂੰ ਸ਼ਬਦਾਂ ਦੀ ਲੋੜ ਪੈਂਦੀ, ਬਿਲਕੁਲ, ਅਤੇ ਸ਼ਬਦ ਸਾਨੂੰ ਕਿਤਾਬ ਦਿੰਦੇ। ਅਤੇ ਜੇ ਕਿਤਾਬ ਘਰ ਦੇ ਵਿੱਚ ਹੋਏਗੀ ਤਾਂ ਅਸੀਂ ਨਹੀਂ ਪੜ੍ਹਾਂਗੇ, ਕੋਈ ਹੋਰ ਜਨਰੇਸ਼ਨ ਪੜ੍ਹੂਗੀ, ਸਾਡਾ ਦੋਸਤ ਮਿੱਤਰ ਆਇਆ ਉਹ ਪੜ੍ਹੂਗਾ, ਪਰਿਵਾਰ ਦਾ ਮੈਂਬਰ ਪੜ੍ਹੂਗਾ। ਸੋ ਸਾਡੀ ਤਾਂ ਇਹੀ ਬੇਨਤੀ ਹੁੰਦੀ, ਇੱਕ ਵਾਰੀ ਆ ਕੇ ਦੇਖੋ, ਹੋ ਸਕਦਾ ਉਹ ਕਿਤਾਬਾਂ ਤੁਹਾਨੂੰ ਪੜ੍ਹਨਾ ਸ਼ੁਰੂ ਕਰ ਦੇਣ। ਜੇ ਅਸੀਂ ਕਿਤਾਬ ਨਹੀਂ ਪੜ੍ਹਦੇ, ਕਿਤਾਬ ਸਾਨੂੰ ਪੜ੍ਹ ਲਈ। ਅਤੇ ਸਾਡੀ ਕੋਸ਼ਿਸ਼ ਤਾਂ ਇਹੀ ਹੈ ਕਿ ਅਸੀਂ ਕਿਤਾਬ ਨਹੀਂ ਪੜ੍ਹ ਰਹੇ ਪਰ ਕਿਤਾਬ ਸਾਨੂੰ ਪੜ੍ਹਨਾ ਸ਼ੁਰੂ ਕਰ ਦਿੰਦੀ ਹੈ। ਅਤੇ ਇਹ ਤਾਂ ਤਾਲਮੇਲ ਤਦੇ ਹੋ ਸਕਦਾ ਜੇ ਸਾਡੇ ਹੱਥ 'ਚ ਕਿਤਾਬ ਹੋਏਗੀ, ਸਾਡੇ ਘਰ ਦੇ ਵਿੱਚ ਕਿਤਾਬ ਹੋਏਗੀ। ਅਤੇ ਸਾਡੀ ਇਹੀ ਰਿਕੁਐਸਟ ਹੁੰਦੀ ਹੈ ਕਿ ਆ ਕੇ ਇੱਥੇ ਦੇਖੋ। ਬਾਕੀ ਮੈਂ ਆਸਾਨ ਨਹੀਂ ਕਰ ਰਿਹਾ, ਮੈਂ ਆਪਣੇ ਆਪ 'ਤੇ ਆਸਾਨ ਕਰ ਰਿਹਾ, ਮੇਰੀ ਲੋੜ ਹੈ, ਮੇਰੀ ਮਾਨਸਿਕ ਲੋੜ ਹੈ। ਉਹਦੇ ਕਰਕੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਦੋਵਾਂ ਨੂੰ ਨਾਲ ਜੋੜੀਏ। ਕਿੰਨੇ ਕੁ ਜੋੜ ਸਕਦੇ ਹਾਂ ਦੱਸਾਂ ਮੈਂ ਤੁਸੀਂ। ਤੁਸੀਂ ਆਪ ਵੀ ਬਹੁਤ ਵਧੀਆ ਸ਼ਾਇਰ ਹੋ, ਮੈਂ ਚਾਹੂੰਗਾ ਕੁਛ ਨਾ ਕੁਛ ਜ਼ਰੂਰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਰੋਤਿਆਂ ਤੱਕ ਪਹੁੰਚਦਾ ਕਰੀਏ ਜੀ, ਅਤੇ ਇਹ ਜ਼ਰੂਰ ਮੰਨਿਓ ਤੁਹਾਡੀ ਰਿਕੁਐਸਟ। ਮੈਂ ਗਜ਼ਲ ਦੀ ਕੁਛ ਇਹ ਤੁਹਾਡੇ ਨਾਲ ਸਾਂਝੇ ਕਰ ਦਿੰਦਾ ਕਿ ਕਿਸੇ ਨੂੰ ਜੇਲਮ 'ਚ ਨੂਰ ਦਿਸਦਾ, ਕਿਸੇ ਨੂੰ ਜਾਪੇ ਚਨਾਬ ਬਿਹਤਰ। ਕਿਸੇ ਨੂੰ ਜੇਲਮ 'ਚ ਨੂਰ ਦਿਸਦਾ, ਕਿਸੇ ਨੂੰ ਜਾਪੇ ਚਨਾਬ ਬਿਹਤਰ। ਕਿਸੇ ਨੂੰ ਰਾਵੀ 'ਚੋਂ ਸੋਝ ਦਿਸਦਾ, ਕਿਸੇ ਨੂੰ ਪਰ ਪੰਜ ਆਬ ਬਿਹਤਰ। ਕਿਸੇ ਨੂੰ ਰਾਵੀ 'ਚੋਂ ਸੋਝ ਦਿਸਦਾ, ਕਿਸੇ ਨੂੰ ਪਰ ਪੰਜ ਆਬ ਬਿਹਤਰ। ਹਰੇਕ ਪਲ ਇੱਕ ਸ਼ਬਦ ਜਿਹਾ ਹੈ, ਹਰੇਕ ਦਿਨ ਇੱਕ ਸਤਰ ਜਿਹਾ ਹੈ। ਹਰੇਕ ਪਲ ਇੱਕ ਸ਼ਬਦ ਜਿਹਾ ਹੈ, ਹਰੇਕ ਦਿਨ ਇੱਕ ਸਤਰ ਜਿਹਾ ਹੈ। ਹਜ਼ਾਰਾਂ ਵਰਕੇ ਉਮਰ ਦੇ ਮੌਸਮ ਹੈ ਜ਼ਿੰਦਗੀ ਦੀ ਕਿਤਾਬ ਬਿਹਤਰ। ਹਜ਼ਾਰਾਂ ਵਰਕੇ ਉਮਰ ਦੇ ਮੌਸਮ ਹੈ ਜ਼ਿੰਦਗੀ ਦੀ ਕਿਤਾਬ ਬਿਹਤਰ। ਉਹ ਦੌਰ ਕਿੱਦਾਂ ਦਾ ਦੌਰ ਜਿਸ ਵਿੱਚ ਉਦਾਸੀਆਂ ਹੀ ਉਦਾਸੀਆਂ ਸਨ। ਉਹ ਦੌਰ ਕਿੱਦਾਂ ਦਾ ਦੌਰ ਜਿਸ ਵਿੱਚ ਉਦਾਸੀਆਂ ਹੀ ਉਦਾਸੀਆਂ ਸਨ। ਕਿਹਾ ਉਦਾਸੀ 'ਚ ਬਾਬਿਆਂ ਨੇ ਸਹੂਲਤਾਂ ਤੋਂ ਰਬਾਬ ਬਿਹਤਰ। ਕਿਹਾ ਉਦਾਸੀ 'ਚ ਬਾਬਿਆਂ ਨੇ ਸਹੂਲਤਾਂ ਤੋਂ ਰਬਾਬ ਬਿਹਤਰ। ਔਰ ਮੈਂ ਇੱਕ ਸੱਜਣ ਨੂੰ ਪੁੱਛ ਰਿਹਾ ਸੀ, ਤੇਰੀ ਨਜ਼ਰ ਵਿੱਚ ਹੈ ਅਕਲ ਕਿਸ ਨੂੰ। ਮੈਂ ਇੱਕ ਸੱਜਣ ਨੂੰ ਪੁੱਛ ਰਿਹਾ ਸੀ, ਤੇਰੀ ਨਜ਼ਰ ਵਿੱਚ ਹੈ ਅਕਲ ਕਿਸ ਨੂੰ। ਤਾਂ ਉਸਨੇ ਸੋਚਣ ਤੋਂ ਬਾਅਦ ਦੱਸਿਆ ਕਿ ਕੋਟਲੇ ਦਾ ਨਵਾਬ ਬਿਹਤਰ। ਤਾਂ ਉਸਨੇ ਸੋਚਣ ਤੋਂ ਬਾਅਦ ਦੱਸਿਆ ਕਿ ਕੋਟਲੇ ਦਾ ਨਵਾਬ ਬਿਹਤਰ। ਔਰ ਤੁਸੀਂ ਨਜ਼ਾਰੇ 'ਚ ਮਸਤ ਜਾਪੋ, ਤੇ ਲੋੜ ਸਾਡੀ 'ਚ ਨੀਰ ਹਰ ਪਲ। ਤੁਸੀਂ ਨਜ਼ਾਰੇ 'ਚ ਮਸਤ ਜਾਪੋ, ਤੇ ਲੋੜ ਸਾਡੀ 'ਚ ਨੀਰ ਹਰ ਪਲ। ਤੁਹਾਡੇ ਸਾਹਮਣੇ ਉਹ ਝੀਲ ਸੁੰਦਰ, ਸਾਡੇ ਸਾਹਮਣੇ ਇਹ ਢਾਲ ਬਿਹਤਰ। ਤੁਹਾਡੇ ਸਾਹਮਣੇ ਉਹ ਝੀਲ ਸੁੰਦਰ, ਸਾਡੇ ਸਾਹਮਣੇ ਇਹ ਢਾਲ ਬਿਹਤਰ। ਔਰ ਅਜੇ ਵੀ ਅਜੇ ਤਾਂ ਇਸੇ ਉਧੇੜਬੁਣ ਵਿੱਚ ਮੈਂ ਤੇਰੇ ਬਾਰੇ ਹੀ ਸੋਚਦਾ ਹਾਂ। ਅਜੇ ਤਾਂ ਇਸੇ ਉਧੇੜਬੁਣ ਵਿੱਚ ਮੈਂ ਤੇਰੇ ਬਾਰੇ ਹੀ ਸੋਚਦਾ ਹਾਂ ਕਿ ਤੇਰੇ ਖਾਤਾ ਸਵਾਲ ਬਿਹਤਰ ਜਾਂ ਮੇਰੇ ਖਾਤਾ ਜਵਾਬ ਬਿਹਤਰ। ਕਿ ਤੇਰੇ ਖਾਤਾ ਸਵਾਲ ਬਿਹਤਰ ਜਾਂ ਮੇਰੇ ਖਾਤਾ ਜਵਾਬ। ਵਾਹ ਜੀ ਵਾਹ, ਕਿਆ ਬਾਤ ਹੈ। ਜਿੰਨੇ ਵਧੀਆ ਤੁਸੀਂ ਇਨਸਾਨ ਹੋ, ਉਦੋਂ ਵਧੀਆ ਕਿਤੇ ਸ਼ਾਇਰ ਵੀ ਹੋ। ਇਨਸਾਨ ਤਾਂ ਚਲੋ ਵਧੀਆ ਹੈ, ਮਿੱਤਰਾਂ ਦੇ ਲਈ ਸ਼ਾਇਰ ਦੀ ਸਜ਼ਾ ਭੁਗਤ ਰਹੇ ਨਹੀਂ ਨਹੀਂ ਸਜ਼ਾ ਨਹੀਂ, ਤੁਸੀਂ ਸੇਵਾ ਕਰ ਰਹੇ ਹੋਗੇ, ਅਤੇ ਤੁਹਾਡੇ ਵਰਗੇ ਵਿਰਲੇ ਇਨਸਾਨ ਹੁੰਦੇ ਨੇ। ਅਤੇ ਜਿਹੜਾ ਮੈਂ ਕਹਿੰਦਾ ਕਿ ਤੁਸੀਂ ਅਹਿਸਾਨ ਕਰ ਰਹੇ ਹੋਗੇ। ਪੰਜਾਬੀਆਂ ਨੇ ਇੱਥੇ ਵੱਡੇ ਵੱਡੇ ਬਿਜ਼ਨਸ ਖੋਲ੍ਹੇ ਹੈਗੇ, ਵੱਡੇ ਵੱਡੇ ਘਰ ਬਣਾ ਲਏ ਹੈ, ਪਰ ਇਸ ਚੀਜ਼ ਦੀ ਸਰੀ ਦੇ ਲੋਕਾਂ ਨੂੰ ਕਿ ਇਸ ਆਲੇ ਦੁਆਲੇ ਦੇ ਜਿੰਨੇ ਵੀ ਹੈਗੇ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਹੈ ਉਹਨਾਂ ਨੂੰ ਬਹੁਤ ਘਾਟ ਸੀ। ਜਿਹੜਾ ਖਿਆਲ ਪਹਿਲੇ ਬੰਦੇ ਜਿਹੜੇ ਲੋਕ ਗਿਆਨ ਹਾਸਲ ਕਰਨਾ ਚਾਹੁੰਦੇ ਨੇ ਜਾਂ ਆਪਣੇ ਆਪ ਨੂੰ ਜਾਣਨਾ ਚਾਹੁੰਦੇ ਨੇ ਜਾਂ ਆਪਣੇ ਸੱਭਿਆਚਾਰ ਨੂੰ ਜਾਣਨਾ ਚਾਹੁੰਦੇ ਜਾਂ ਆਪਣੇ ਆਪੇ ਨਾਲ ਗੱਲਾਂ ਕਰਨਾ ਚਾਹੁੰਦੇ ਉਹ ਸਾਡੇ ਕੋਲ ਆਉਂਦੇ। ਮੈਂ ਜਿਹੜੇ ਨਹੀਂ ਆਉਂਦੇ ਉਹ ਸ਼ਾਇਦ ਆਪਣੇ ਆਪ ਤੋਂ ਦੂਰ ਰਹਿਣਾ ਚਾਹੁੰਦੇ। ਮੈਂ ਪਾਠ ਸਾਹਿਬ ਦੀਆਂ ਦੋ ਲਾਈਨਾਂ ਤੁਹਾਨੂੰ ਕਹਿ ਜੀ 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 ਕਹਿੰਦਾ ਪਾਠ ਵੀ ਸੁਣਨਗੇ। ਪਾਠ ਸਾਹਿਬ ਨੇ ਲਿਖਿਆ ਸ਼੍ਰੋਮਣੀ ਕਮੇਸ਼ਰ ਬਾਪੂ ਕਰਨੈਲ ਸਿੰਘ ਪਾਸ ਨੇ ਕਿ ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ, ਜੇਕਰ ਗੰਢ ਇਤਫਾਕ ਦੀ ਖੁੱਲ ਜਾਵੇ, ਨਾਲ ਮੰਤਰਾਂ ਕਦੇ ਨਾ ਮਿਸਾਲ ਮੱਚੇ, ਤੇਲ ਮੁੱਕਿਆਂ ਦੀਵਾ ਹੋ ਗੁੱਲ ਜਾਵੇ, ਬਾਜ ਮਾਲੀ ਦੇ ਬਾਗ ਵੀਰਾਨ ਹੁੰਦਾ, ਬਿਨਾਂ ਪਾਣੀਓ ਫਸਲ
ਭੁੱਲ ਜਾਵੇ ਮਾਰਿਆ ਮੂੰਹ ਨਾ ਮੁੱਕਦੀ ਕੌਮ ਕੋਈ ਢਹਿ ਜੇ ਜਬਰ ਜਹਾਨ ਦਾ ਖੁੱਲ ਜਾਵੇ ਪਾਰਸ ਮਿਟ ਜਾਂਦੀ ਅੱਖਰ ਗਲਤ ਬਣ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਗਲਤ ਅੱਖਰ ਦੀ ਤਰ੍ਹਾਂ ਮਿਟ ਜਾਂਦੀਆਂ ਪਰ ਬਿਲਕੁਲ ਜੀ ਤੁਸੀਂ ਕੀਤੀ ਹੈ ਪਰ ਇਤਿਹਾਸ ਸਾਡਾ ਸਾਡੀਆਂ ਕਿਤਾਬਾਂ 'ਚ ਪਿਆ ਬਿਲਕੁਲ ਜੀ ਸਾਡਾ ਜਿੰਨਾ ਅਸੀਂ ਇਹਨਾਂ ਨੂੰ ਸ਼ਬਦਾਂ ਨੂੰ ਪੜ੍ਹਾਂਗੇ ਇਹਨਾਂ ਨੂੰ ਫਰੋਲਾਂਗੇ ਸਾਨੂੰ ਓਨਾ ਹੀ ਸਾਡਾ ਗਿਆਨ ਦੇ ਵਿੱਚ ਵਾਧਾ ਹੋਊਗਾ ਸੋ ਮੈਂ ਇੱਕ ਵਾਰੀ ਫਿਰ ਤੁਹਾਨੂੰ ਸਰੋਤੇ ਅਪੀਲ ਕਰਦਾ ਕਿ 84 ਅਤੇ 128 ਦੇ ਕੋਰਨਰ 'ਤੇ ਮੇਕ ਇਨ ਦੋਸਤੋ ਕਿਤਾਬਾਂ ਜਿਹੜਾ ਬੰਦੇ ਦਾ ਜੀਵਨ ਇੱਥੋਂ ਤੱਕ ਬਦਲਦੀਆਂ ਕਹਿੰਦੇ ਹੁੰਦੇ ਆ ਸਕੂਲ ਦੇ ਵਿੱਚ ਬੱਚਾ ਜਾਂਦਾ ਹੈਗਾ ਕਾਂ ਵਰਗੀ ਕਾਲੀ ਬੁੱਧੀ ਲੈ ਕੇ ਅਤੇ ਨਿਕਲਦਾ ਕੀ ਹੈ ਹੰਸ ਵਰਗੀ ਚਿੱਟੀ ਬੁੱਧੀ ਲੈ ਕੇ ਨਿਕਲਦਾ ਹੈ ਸਕੂਲ ਕਾਲਜ ਦੇ ਵਿੱਚੋਂ ਉੱਥੇ ਕੁਛ ਹੋਰ ਨਹੀਂ ਹੁੰਦਾ ਕਿਤਾਬਾਂ 'ਚੋਂ ਹੀ ਪੜ੍ਹ ਕੇ ਨਿਕਲਦਾ ਹੈ ਸੋ ਉਹ ਹੁੰਦਾ ਸਾਨੂੰ ਸਿਲੇਬਸ ਪਰ ਉਸ ਤੋਂ ਬਾਅਦ ਦੁਨੀਆਦਾਰੀ ਦੀਆਂ ਜਿਹੜੀਆਂ ਚੀਜ਼ਾਂ ਜਾਂ ਦੁਨੀਆਦਾਰੀ 'ਚ ਕਿਵੇਂ ਵਿਚਰਨਾ ਕਿਤਾਬਾਂ 'ਚ ਪਿਆ ਆਪਣੇ ਬੱਚਿਆਂ ਨੂੰ ਆਪਾਂ ਉੱਥੋਂ ਛੱਡ ਕੇ ਆ ਗਏ ਹਾਂ ਆਪਣਾ ਕਲਚਰ ਆਪਣਾ ਸੱਭਿਆਚਾਰ ਪਰ ਇੱਥੇ ਸਾਨੂੰ ਬਹੁਤ ਜ਼ਰੂਰਤ ਹੈ ਇੰਡੀਆ 'ਚ ਬੇਸ਼ੱਕ ਨਹੀਂ ਸੀ ਪਰ ਇੱਥੇ ਦਾ ਕਿਤਾਬਾਂ 'ਚ ਸਾਰਾ ਕੁਛ ਸਾਨੂੰ ਜ਼ਰੂਰ ਇੱਥੇ ਵਿਜ਼ਿਟ ਕਰਨਾ ਚਾਹੀਦਾ ਹੈ ਹੋਰ ਜ਼ੋਰ ਅਪੀਲ ਕਰਦੇ ਹਾਂ ਇਸੇ ਦੇ ਨਾਲ ਗੁਲਾਟੀ ਸਾਹਿਬ ਤੁਸੀਂ ਕੁਛ ਹੋਰ ਕਹਿਣਾ ਚਾਹੋ ਤਾਂ ਬਸ ਜੀ ਸਾਰਾ ਤੁਹਾਡਾ ਧੰਨਵਾਦ ਪਾਠਕਾਂ ਦਾ ਪਾਠਕ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਪੰਜਾਬੀ ਦਾ ਪ੍ਰਚਾਰ ਤੁਸੀਂ ਕਰ ਰਹੇ ਹੋ ਅਤੇ ਲੋਕਾਂ ਨੇ ਪਿਆਰ ਕਰਨਾ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਇੱਥੇ ਆ ਕੇ ਨਜ਼ਰ ਮਾਰੋ ਹੋ ਸਕਦਾ ਉਹ ਕਿਤਾਬਾਂ ਉਹ ਪੁਸਤਕਾਂ ਉਹਨਾਂ ਨੂੰ ਪੜ੍ਹਨਾ ਚਾਹੀਦਾ ਇੱਕ ਜ਼ਰੂਰ ਤੁਸੀਂ ਯਾਦ ਸਾਂਝੀ ਕਰੋ ਜਦੋਂ ਤੁਸੀਂ ਪਾਕਿਸਤਾਨ ਜਾ ਕੇ ਆਏ ਜੀ ਵੱਡੇ ਵੱਡੇ ਲੇਖ ਸਾਰੇ ਗਏ ਸੀ ਕਿਵੇਂ ਦਾ ਰਹੇ ਪਾਕਿਸਤਾਨ ਮੈਂ ਦੋ ਵਾਰੀ ਜਾ ਕੇ ਆਇਆ ਜੀ ਪਿਛਲੇ 2 ਮਹੀਨੇ ਪਹਿਲਾਂ ਮਾਰਚ ਦੇ ਵਿੱਚ ਗਿਆ ਸੀ ਉਸ ਤੋਂ ਪਹਿਲਾਂ ਵੀ 1920 ਦੇ ਵਿੱਚ ਅਸੀਂ ਗਏ ਸੀ ਬਹੁਤ ਵਧੀਆ ਰਿਸਪੋਂਸ ਮਿਲਦਾ ਉੱਥੇ ਪੰਜਾਬੀ ਦੀ ਤਾਦਾਦ ਸਾਡੇ ਨਾਲ ਪੜ੍ਹਨ ਵਾਲਿਆਂ ਤੋਂ ਜ਼ਿਆਦਾ ਹੈ ਬੇਸ਼ੱਕ ਉੱਥੇ ਲਿਪੀ ਵੱਖਰੀ ਹੈ ਉੱਥੇ ਫਾਰਸੀ ਸਕ੍ਰਿਪਟ ਦੇ ਵਿੱਚ ਲਿਖਿਆ ਜਾਂਦਾ ਹੈ ਉਰਦੂ ਸਕ੍ਰਿਪਟ ਦੇ ਵਿੱਚ ਲੇਕਿਨ ਸਾਡੇ ਨਾਲੋਂ 23 ਗੁਣਾ ਜ਼ਿਆਦਾ ਤਾਦਾਦ ਹੈ ਉੱਥੇ ਪੰਜਾਬੀ ਪੜ੍ਹਨ ਵਾਲਿਆਂ ਦੀ ਪੰਜਾਬੀ ਬੋਲਣ ਵਾਲਿਆਂ ਦੀ ਔਰ ਜਦੋਂ ਉਹਨਾਂ ਦੀ ਪੰਜਾਬੀ ਬੋਲਦੇ ਸੁਣਦੇ ਹਾਂ ਤਾਂ ਸਾਨੂੰ ਆਪਣੇ ਆਪ 'ਤੇ ਵੀ ਗਿਲਾ ਵੀ ਹੁੰਦਾ ਕਿ ਅਸੀਂ ਉਹ ਵੀ ਵਧੀਆ ਪੰਜਾਬੀ ਨਹੀਂ ਬੋਲ ਸਕਦੇ ਜਿੰਨੀ ਉਹ ਬੋਲਦੇ ਨੇ ਤੋ ਉੱਥੋਂ ਦੇ ਬਹੁਤ ਸਾਰੇ ਸ਼ਾਇਰ ਵੀ ਅਸੀਂ ਪਬਲਿਸ਼ ਕੀਤੇ ਆ ਜਿਸ 'ਚ ਬਾਬਾ ਨਜ਼ਮੀ ਥੋੜ੍ਹੇ ਦਿਨ ਤੱਕ ਇੱਥੇ ਆ ਵੀ ਰਿਹਾ 2-3 ਸਾਲ ਪਹਿਲਾਂ ਵੀ ਇੱਥੇ ਹੋ ਕੇ ਗਏ ਨੇ ਜੀ ਤਾਹਿਰਾ ਸਰਾ ਹੈ ਅਫਜ਼ਲ ਸਾਹਿਰ ਹੈ ਮੁਨੀਰ ਹੈ ਇਹ ਸਾਰੀਆਂ ਦੀ ਕਿਤਾਬਾਂ ਵੀ ਇੱਥੇ ਅਵੇਲੇਬਲ ਨੇ ਬਹੁਤ ਸਾਰੇ ਨਾਵਲ ਕਹਾਣੀਆਂ ਵੀ ਨੇ ਫਖਰ ਜ਼ਮਾਨ ਹੋਣਾਂ ਦੀਆਂ ਨਾਵਲ ਵੀ ਇੱਥੇ ਸੋ ਪਾਕਿਸਤਾਨੀ ਬਹੁਤ ਲਿਟਰੇਚਰ ਇੱਥੇ ਅਵੇਲੇਬਲ ਹੈ ਅਤੇ ਉਹ ਤਦੇ ਹੋ ਸਕਦਾ ਜੇ ਪਾਠਕ ਇੱਥੇ ਆ ਕੇ ਦੇਖਣਗੇ ਲੈ ਕੇ ਜਾਣਗੇ ਪੜ੍ਹਨਗੇ ਤੁਹਾਨੂੰ ਲੱਗੇਗਾ ਕਿ ਪੰਜਾਬੀ ਕਿੰਨੀ ਅਮੀਰ ਭਾਸ਼ਾ ਹੈ ਜੀ ਬਿਲਕੁਲ ਦੋਸਤੋ ਇਸੇ ਦੇ ਨਾਲ ਦਿਓ ਇਜਾਜ਼ਤ ਅਗਲੇ ਐਪੀਸੋਡ ਤੱਕ ਫਿਰ ਮਿਲਾਂਗੇ ਧੰਨਵਾਦ